ਥਾਣਾ ਮੋਕਮਪੁਰਾ ਦੇ ਏਰੀਏ ਦੇ ਵਿੱਚ ITBP ਦਾ ਇੱਕ ਜਵਾਨ ਸੀ ਜਿਹੜਾ ਕਿਰਾਏ ਤੇ ਰਹਿੰਦਾ ਸੀ ਜਿੱਥੇ ਜਿਸ ਘਰ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਉਹਨਾਂ ਦੀ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਬਣ ਗਏ ਜਿਹੜੀ ਇਹ ITBP ਦੇ ਜਵਾਨ ਦੀ ਵਾਈਫ ਆ ਅਤੇ ਬੱਚੀ ਆ ਇਸ ਔਰਤ ਨੇ ਸਮਝਿਆ ਕਿ ਮੇਰੇ ਰਾਹ ਦਾ ਰੋੜਾ ਉਹਨਾਂ ਨੇ ਇਹਨੂੰ ਮਾਰ ਕੇ ਅਤੇ ਇਹਦੀਆਂ ਲਾਸ਼ ਜਿਹੜੀਆਂ ਨੇ ਉਹ ਖੁਰਦ ਬੁਰਦ ਕਰ ਦਿੱਤੀਆਂ ਨੇ ਜਿਹਦੇ ਸੰਬੰਧ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਠੀਕ ਹੈ ਕੇਸ ਰਜਿਸਟਰ ਕਰਕੇ ਜੋ ਜਲਦੀ ਜਿਹੜੀ ਆ ਡੈੱਡ ਬੋਡੀਆਂ ਟਰੇਸ ਕਰਕੇ ਅਤੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਅਰੈਸਟ ਕਰਕੇ ਡੈੱਡ ਬੋਡੀਆਂ ਟਰੇਸ ਕਰ ਲਈਆਂ ਨਜਾਇਜ਼ ਰਿਲੇਸ਼ਨ ਨਹੀਂ ਉਹ ਡੈੱਡ ਬੋਡੀਆਂ ਜਿਹੜੀਆਂ ਟਰੇਸ ਕਰ ਰਹੇ ਜੇ ਦੋਸ਼ੀ ਜਿਹੜਾ ਵਾ ਉਹ ਦੋਸ਼ੀ ਨੂੰ ਟੀਮਾਂ ਭੇਜੀਆਂ ਅਰੈਸਟ ਕਰਨ ਵਾਸਤੇ ਪਰਚਾ ਦਰਜ ਕਰਕੇ ਕਿਉਂਕਿ ITBP ਦਾ ਜਿਹੜਾ ਜਵਾਨ ਆ ਉਹਨੂੰ ਅਸੀਂ ਕਾਲ ਕੀਤਾ ਉਹ ਆ ਰਿਹਾ